ਬਟਾਲਾ 'ਚ 6 ਸਾਲਾ ਬੱਚੀ ਨਾਲ 50 ਸਾਲਾ ਵਿਅਕਤੀ ਨੇ ਕੀਤਾ ਗਲਤ ਕੰਮ। ਪੁਲਿਸ ਨੇ ਕੇਸ ਦਰਜ ਕਰਦੇ ਹੋਏ ਆਰੋਪੀ ਨੂੰ ਕੀਤਾ ਕਾਬੂ। ਅਗਲੀ ਕਾਨੂੰਨੀ ਕਾਰਵਾਈ ਸ਼ੁਰੂ। ਬਟਾਲਾ 'ਚ 6 ਸਾਲਾ ਪ੍ਰਵਾਸੀ ਬੱਚੀ ਨਾਲ 50 ਸਾਲਾ ਦਲਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਬਲਾਤਕਾਰ ਕੀਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰਦੇ ਹੋਏ ਕੇਸ ਦਰਜ ਕਰ ਲਿਆ ਗਿਆ ਹੈ। ਅਗਲੀ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੀ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਦੱਸੀ ਜਾ ਰਹੀ ਹੈ। ਉੱਥੇ ਹੀ ਪੀੜਤ ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਕੰਮ 'ਤੇ ਗਿਆ ਹੋਇਆ ਸੀ। ਉਸਦੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ। ਜਦੋਂ ਉਹ ਘਰ ਵਾਪਸ ਆਇਆ ਤਾਂ ਉਸਦੀ ਪਤਨੀ ਨੇ ਦੱਸਿਆ ਕਿ ਉਸਦੀ ਬੱਚੀ ਦੇ ਨਾਲ ਕੋਲ ਲੱਗ ਤੇ ਘਰ ਦੇ 50 ਸਾਲਾ ਦਲਜੀਤ ਸਿੰਘ ਵੱਲੋਂ ਗਲਤ ਕੰਮ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਉਸਦੀ ਬੱਚੀ ਨੇ ਵੀ ਸਾਰੀ ਘਟਨਾ ਬਾਰੇ ਉਸਨੂੰ ਦੱਸਿਆ। ਬੱਚੀ ਖੂਨ ਨਾਲ ਲੱਥਪੱਤ ਸੀ। ਉਸਨੂੰ ਹਸਪਤਾਲ ਦਾਖਲ ਕਰਵਾ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਉਕਤ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਐਸੇ ਦਰਿੰਦੇ ਵਿਅਕਤੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਐਸੇ ਵਿਅਕਤੀ ਦਾ ਸਮਾਜਿਕ ਤੌਰ 'ਤੇ ਵੀ ਬਾਈਕਾਟ ਹੋਣਾ ਚਾਹੀਦਾ ਹੈ। ਉੱਥੇ ਬਟਾਲਾ ਸਿਟੀ ਦੇ DSP ਸੰਜੀਵ ਕੁਮਾਰ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ 50 ਸਾਲਾ ਉਕਤ ਆਰੋਪੀ ਨੂੰ ਕਾਬੂ ਕਰਦੇ ਹੋਏ ਸੰਗੀਨ ਧਾਰਾਵਾਂ ਨਾਲ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਵੀ ਜਾਰੀ ਹੈ। ਸਰ ਜੀ, ਮੇਰੇ ਇੱਕ 6 ਸਾਲ ਕਾ ਬੱਚੀ ਥੀ, ਉਸਕੇ ਸਾਥ ਦਲਜੀਤ ਸਿੰਘ ਉਹ ਗਲਤ ਕੰਮ ਕੀਤਾ। ਪੂਰੇ ਬਲੇਡ ਬਲੇਡ ਲਿਬਰਾ ਹੋਇਆ ਥਾ ਕੁੜੀ ਦਾ। मैं थोड़ा लेट आया था तो मैं देखा तो फिर मैं पुलिस केस की है, उसको लेके पकड़ के गया है। मैं आया तो मैं कुड़ी चिक्का मार रही थी तो मेरे नाल दी आके लेके गया उसको घर। तो फिर मैं आया तो मैं देखा बुलेट बुलेट, फिर मैं हॉस्पिटल लेके गया। हाँ जी, वो बता आया मैनू कि जे पापा मैनू पेंट खोल दिया, ऊपर चढ़ गया मेरे को, मैं दर्द हुआ चिक्का मारा। फिर उसका नाल दी उसके घर से पकड़ के लाया। क्या चाहते हो? मैं चाहता हूँ इंसाफ हो, उसको जो गलत काम किया उसको सजा होना चाहिए। मैं भाजी इसे एक करके चलना, ये प्रवासी मजदूर है, काफी समय तो 10-12 साल तो इतने साडे नगर विच रह रहे हैं, तो इन्होंने इंसाफ मिलना चाहिए। जो ये घटना की सख्त तो सख्त उत्ते सजा होनी चाहिए। मेरे हिसाब के नाल उसकी घरवाली इस विच शामिल सी, क्योंकि जो कर्म उन्हें किया उसकी घर की गेट के बाहर बैठी सी, तो बेटा उसका भी बाहर बैठा। सजा दी जाए। ਮੈਂ ਕਹਿਣਾ ਚਾਹੁੰਦਾ ਸੀ ਇਹੋ ਗੱਲ ਵੀ ਇਸ ਮੁਹੱਲੇ 'ਚ ਇਸ ਬੰਦੇ ਦਾ ਬਾਈਕਾਟ ਹੋਣਾ ਚਾਹੀਦਾ ਜਿਹਨੇ ਇੰਨੀ ਹਰਕਤ ਮਾੜੀ ਕੀਤੀ ਆ। 6 ਸਾਲ ਦੀ ਬੱਚੀ, 55 ਸਾਲ ਦਾ ਬੰਦਾ ਜਿਹੜਾ ਬਜ਼ੁਰਗ ਆ, ਇਹ ਇਹੋ ਜਿਹਾ ਕਰਮ ਕਰੇਗਾ ਤਾਂ ਇਹਨੂੰ ਤਾਂ ਮੌਤ ਦੇ ਘਾਟ ਉਤਾਰਨਾ ਚਾਹੀਦਾ। ਇਹੋ ਜਿਹੇ ਬੰਦੇ ਦਾ, ਇਹ ਮੁਹੱਲੇ ਵਾਲਿਆਂ ਨੂੰ ਸਾਰਿਆਂ ਨੂੰ ਇਹਦਾ ਬਾਈਕਾਟ ਕਰਨਾ ਚਾਹੀਦਾ। ਬਿਲਕੁਲ ਬਾਈਕਾਟ ਕਰਨਾ ਚਾਹੀਦਾ, ਮੁਹੱਲੇ ਵਾਲਿਆਂ ਨੇ ਇਹਦਾ ਸਾਥ ਨਹੀਂ ਦੇਣਾ। ਇਹਦਾ ਕੰਪਲੇਂਟ ਆਈ ਸੀ ਲੜਕੀ ਦੀ ਮਾਂ ਵੱਲੋਂ ਕਿ ਲੜਕੀ ਦੀ ਉਮਰ 6 ਸਾਲ ਹੈ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਖੇਡਣ ਆਪਣੇ ਗੁਆਂਢੀ ਵੱਲ ਗਈ ਸੀ। ਉੱਥੋਂ ਫਿਰ ਬਾਅਦ ਵਿੱਚ ਮਾਂ ਨੇ ਸ਼ਾਮ ਨੂੰ ਉਹਦੀਆਂ ਜਦੋਂ ਚੀਕਾਂ ਵਗੈਰਾ ਸੁਣੀਆਂ ਤੇ ਜਦੋਂ ਦੇਖਿਆ ਕਿ ਲੜਕੀ ਖੂਨ ਨਾਲ ਲੱਥਪੱਥ ਸੀ ਤੇ ਉਹਨਾਂ ਲਿਜਾ ਕੇ ਤੇ ਆਪਣਾ ਹੌਸਪਿਟਲ ਦਾਖਲ ਕਰਵਾਇਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਨੇ ਸਾਰੇ ਉੱਥੇ ਮੌਕਾ ਤੇ ਜਾ ਕੇ ਜੋ ਵੀ ਐਵੀਡੈਂਸ ਕਲੈਕਟ ਕਰਨੀ ਆ ਬਿਆਨ ਲੈ ਕੇ ਤੇ ਕੇਸ ਰਜਿਸਟਰ ਕਰ ਦਿੱਤਾ ਤੇ ਦੋਸ਼ੀ ਦਲਜੀਤ ਸਿੰਘ ਸੀ ਤੇ ਉਹਦੀ ਗ੍ਰਿਫਤਾਰੀ ਪਾ ਦਿੱਤੀ ਹੈ ਜੀ। ਬਾਕੀ ਜੋ ਸਾਇੰਟੀਫਿਕ ਹੈ ਉੱਥੋਂ ਐਵੀਡੈਂਸ ਕਲੈਕਟ ਕੀਤੀ ਹੈ ਤੇ ਮੈਡੀਕਲ ਦੇ ਵਿੱਚ ਜੋ ਸਬੂਤ ਆਣਗੇ ਤੇ ਉਹਦੇ ਮੁਤਾਬਕ ਅੱਗੇ ਚਲਾਨ ਅਦਾਲਤ ਵਿੱਚ ਦੇ ਕੇ ਇਹਨੂੰ ਹਰ ਹਾਲਤ 'ਚ ਸਜ਼ਾ ਕਰਵਾਇਆ ਜਾਏ। ਸਰ, ਕਿੰਨੀ ਉਮਰ ਦਾ ਦਲਜੀਤ ਸਿੰਘ ਅਤੇ ਕਿਹੜੀਆਂ ਭਰਾਵਾਂ ਗਈਆਂ? 50 ਸਾਲ ਦਾ ਹੈਗਾ ਜੀ ਦਲਜੀਤ ਸਿੰਘ ਤੇ ਰੇਪ ਦੀਆਂ ਸੈਕਸ਼ਨਸ ਲੱਗੀਆਂ ਪੋਕਸੋ, ਕਿਉਂਕਿ ਬੱਚੀ ਹੈ ਮਾਈਨਰ 6 ਸਾਲ ਦੀ ਹੈ, ਪੋਕਸੋ ਦੀ ਉਹਦੇ 'ਚ ਧਾਰਾ ਲਗਾਈਆਂ ਗਈਆਂ ਨੇ ਤੇ 6 ਸਾਲ ਦੀ ਬੱਚੀ ਹੈ ਤੇ 50 ਸਾਲ ਦਾ ਆਰੋਪੀ ਹੈ।